चलता एक नौजवान का दिन दिहाड़े कतल हो जाता जी और कितने ना कि यह ब्लेम गेम खेडी जा रही है सियासी लाहा भी लिया जा रहा वा उल्टी ब्राड का नाम आनू कैनेडा के नाल कदम जोड़ दिता जाता कद कहें दुबई च बैठा जी कदम कितने मतलब ये कोई क्लीयर नहीं किसी का हो रहा पर कि नौ कि नहीं चलो इन्वैसटीगेशन का एक मुद्दा वो एक अलग मैटर पर अज एक जी पोस्ट बंबीहा ग्रुप कन्नियों सी गई है जिसे कुछ जोड़े नाम स्पैशली तौर पर ले गए जिद मनकीर तौलख ने पर उन्होंने क्लीन चिट मिल चुकी है हालांकि पर उन्होंने कितने ना कि जो नाम लिया गया लिखित थोड़ा भी नाम वो मैनशन होया सब तो पहला तो असं दसना चाहते भी सूँ इतने 30-35 साल हो गया कनेडा के रेंदे तो जी पोस्ट पाई आ जिस सा ना लिया गया भी एंदी धुगे दे ਕੋਲ ਉਹਨਾਂ ਦਾ ਉਹ ਰਹਿੰਦੇ ਆ ਉਹ ਗੋਲਡੀ ਬਰਾੜ ਅਸੀਂ ਜਾਣਦੇ ਹੀ ਨਹੀਂ ਹੈਗੇ ਰਹਿਣ ਦੀ ਤਾਂ ਬਹੁਤ ਗੱਲ ਆ ਇਹ ਨਾ ਸਾਨੂੰ ਪਤਾ ਉਹ ਕੌਣ ਹੈ ਨਾ ਕਦੇ ਡਾਇਰੈਕਟਲੀ ਇਨਡਾਇਰੈਕਟਲੀ ਕਦੇ ਮਿਲੇ ਹੋਈਏ अपने मनकीर तौलख ने वह जिहड़ा इन्हां दा लॉरेंस बिश्नोई ग्रुप का जिहड़ा पैसा वा वह आखे जी कैनेडा लैके आउंदे ने ते उहनूं जी एंडी हुणे जी कहिंदे इक नंबर दा करके भेज दिंदे आ जी इह दस्सो कित्थे तक देखो जी मनकीर तौलख साडे बच्चिआं नूं असीं सानूं पता वी उहदे कोल इत्थे की हैगा ਅਫਵਾਹਾਂ ਆ ਇਹ ਗਲਤ ਅਫਵਾਹਾਂ ਆ ਇਹ ਬੰਦ ਹੋਣੀਆਂ ਚਾਹੀਦੀਆਂ ਜਿੰਨਾ ਚਿਰ ਇਹ ਪ੍ਰੂਫ ਦੇ ਆਧਾਰ ਦੇ ਉੱਤੇ ਗੱਲ ਹੋਣੀ ਕੀਰ ਤੌਲਖ ਦਾ ਵੀ ਨਾਮ ਲਿਆ ਜਾਂਦਾ ਬਾਅਦ 'ਚ ਉਹਨੇ ਇੱਕ ਆਪਣੀ ਸਨੈਪਚੈਟ 'ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਸੀ ਵੀ ਦੇਖੋ ਮਾਵਾਂ ਦੇ ਪੁੱਤ ਤੁਸੀਂ ਮਰਵਾ ਰਹੇ ਹੋ ਮੇਰਾ ਵੀ ਨਾਮ ਲਈ ਜਾਂਦੇ ਹੋ ਕੱਲ੍ਹ ਨੂੰ ਜੇ ਤੁਸੀਂ ਮੈਨੂੰ ਮਾਰ ਕੇ ਖੁਸ਼ ਹੋ ਤਾਂ ਮੈਨੂੰ ਵੀ ਮਾਰ ਲਓ ਪਰ ਕਮ ਸੇ ਕਮ ਬਲੇਮ ਗੇਮ ਨਾ ਕਰੋ ਇੱਕ ਰੀਸਿਆ ਜਾ ਰਿਹਾ ਵੀ ਕਿਤੇ ਨਾ ਕਿਤੇ ਕੋਈ ਕੀ ਇਹ ਰੰਜਿਸ਼ ਹੈ ਜੀ ਕਿ ਕੋਈ ਸਾਜਿਸ਼ ਦਾ ਤੁਹਾਨੂੰ ਲੱਗ ਰਿਹਾ ਵੀ ਕਿਸ ਤਰ੍ਹਾਂ ਇੱਕ ਵਿਉਂਤਬੰਦੀ ਦੀ ਤਰ੍ਹਾਂ ਇਹ ਚੀਜ਼ ਪੇਸ਼ ਕੀਤੀ ਜਾਂਦੀ ਟੋਰਾਂਟੋ ਤੋਂ ਜਾਂ ਕੋਈ ਬਿਜ਼ਨਸ ਪਾਰਟਨਰ ਜਾਂ ਕੋਈ ਕਿਸੇ ਪਾਸੇ ਕੋਈ ਲੱਗਦਾ ਹੋਵੇ ਆਪਣੀ ਉਹ ਕਾਰ ਕੱਢਦਾ ਹੋਵੇ ਉਸ ਬਾਰੇ ਅਸੀਂ ਕਹਿ ਨਹੀਂ ਸਕਦੇ ਪਰ ਸਾਡਾ ਗਰੁੱਪਾਂ ਦੇ ਵਿੱਚ ਤਾਂ ਕੋਈ ਲੈਣ ਦੇਣ ਹੈ ਨਹੀਂ ਇਹਨਾਂ ਦੇ ਨਾਲ ਮਹਾਂਪੁਰਸ਼ ਆਏ ਸੀ ਜਿਵੇਂ ਆਪ ਕਹਿ ਦੀ ਵੀ ਆਪਣੇ ਢੰਡੀਆਂ ਵਾਲੇ ਸੰਤ ਆਏ ਸੀਗੇ ਜੀ ਉਹਨਾਂ ਕੰਨੀਓ ਆਪਣਾ ਇੱਕ ਜੀ ਸ਼ਬਦ ਕੀਰਤਨ ਉਹਨਾਂ ਦੇ ਕੰਨੀ ਇੱਕ ਜਿਹਨੂੰ ਕਹਿ ਦੀ ਆ ਵੀ ਪ੍ਰਵਚਨ ਦਿੱਤੇ ਜਾ ਰਹੇ ਸੀ ਉੱਥੇ ਵੀ ਕੁਛ ਖਰਾਬ ਕਰਨ ਦੀ ਕਦੇ ਕਿਤੇ ਨਾ ਕਿਤੇ ਮਤਲਬ ਖੋਰਾ ਜਿਹੜਾ ਇਹ ਜਾਣਬੁੱਝ ਕੇ ਲਾਇਆ ਜਾਂਦਾ ਜੀ ਕਿ ਤੁਹਾਡੇ ਹਿਸਾਬ ਨਾਲ ਕੀ ਦੇਖੋ ਜੀ ਉਸ ਵੀਡੀਓ ਬਾਰੇ ਮੈਂ ਕੋਈ ਪਹਿਲਾਂ ਬਿਆਨ ਦਿੱਤਾ ਨਹੀਂ ਹੈਗਾ ਸਿੱਖ ਭਾਈਚਾਰੇ ਨੇ ਉਹਦੇ ਵਿੱਚ ਰੱਖੀ ਸੀਗੀ ਵੀ ਇਹ ਗੁੰਡੇ ਆ ਉਹ ਸਿੰਘ ਸਾਹਿਬ ਚਾਹ ਚਾਹ ਕੇ ਦੁਬਾਰਾ ਚਲੇ ਗਏ ਅਤੇ ਬਾਅਦ 'ਚ ਮੂੰਹ ਬੰਨ ਕੇ ਕਿਰਪਾਨਾਂ ਲੈ ਕੇ ਡੰਡੇ ਲੈ ਕੇ ਉਹ ਬਾਹਰ ਕਰ ਰਹੇ ਆ ਘਰ ਸਾਡੇ ਅਤੇ ਉਹਨਾਂ ਨੇ ਗਾਲਾਂ ਕੱਢੀਆਂ ਗੰਦੀਆਂ ਅਤੇ ਫਿਰ ਉਹਨਾਂ ਨੂੰ ਦੱਸੋ ਵੀ ਉਹ ਗੁੰਡੇ ਉਹ ਆਏ ਕਿ ਅਸੀਂ ਗੁੰਡੇ ਬਣੇ ਸਤਿ ਸ਼੍ਰੀ ਅਕਾਲ ਜੀ ਮੈਂ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਜਦੋਂ ਸਾਡਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਜੀ ਉਸ ਦੇ ਬਾਅਦ 'ਚ ਕਈ ਪੋਸਟਾਂ ਆਈਆਂ ਕਈ ਜਾ ਰਹੀਆਂ ਨੇ ਕੋਈ ਫੇਕ ਹੈ ਕੋਈ ਰੀਜਨਲ ਆ ਜਿਵੇਂ ਪਿੱਛੇ ਜੀ ਇੱਕ ਗੋਲਡੀ ਬਰਾੜ ਦੀ ਇੱਕ ਕਾਲ ਜਿਹੜੀ ਬੜੀ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਇੱਕ ਨਿੱਜੀ ਪੱਤਰਕਾਰ ਦੇ ਨਾਲ ਨਿੱਜੀ ਚੈਨਲ ਦੇ ਨਾਲ ਗੱਲ ਕਰਦਾ ਔਰ ਉਹ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿਤੇ ਨਾ ਕਿਤੇ ਵੀ ਜਿੱਥੇ ਸਿੱਧੂ ਮੂਸੇਵਾਲੇ ਨੂੰ ਉਹਨੇ ਇੱਕ ਗੈਂਗਸਟਰ ਕਹਿਣ ਦੀ ਜਾਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਕਿੰਨੀ ਸੱਚਾਈ ਹੈ ਉਹਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਉਹਦੇ ਬਾਅਦ 'ਚੋਂ ਅੱਜ ਜਿਹੜੀ ਇਹ ਗਰੁੱਪਬਾਜ਼ੀ ਦੇ ਵਿੱਚ ਬੰਬੀਹਾ ਗਰੁੱਪ ਆ ਉਹਨਾਂ ਕੰਨੀਓਂ ਸਾਡੇ ਚੈਨਲ ਦੇ ਨਾਲ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਕੁਛ ਗੱਲਾਂ ਦਾ ਜਿਹੜਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਗੋਲਡੀ ਬਰਾੜ ਨਾਂ ਦਾ ਕੋਈ ਵਿਅਕਤੀ ਵੀ ਵਿਸ਼ੇਸ਼ ਹੈ ਹੀ ਨਹੀਂ ਔਰ ਉਹਨਾਂ ਨੇ ਸਾਫ਼ ਇਹਦੇ ਤੋਂ ਇਨਕਾਰ ਕੀਤਾ ਪਰ ਉਹਨਾਂ ਨੇ ਜਿਹੜੇ ਕਲਾਕਾਰਾਂ ਦੇ ਵਿੱਚ ਜਿਵੇਂ ਆਪਾਂ ਕਲਾਕਾਰ ਨੇ ਕੁਝ ਜਿਵੇਂ ਮਨਕੀਰ ਤੌਲਖ ਦਾ ਆਪਾਂ ਨਾਂ ਲੈ ਲਈਏ ਉਹਨਾਂ ਦਾ ਵੀ ਨਾਂ ਉਹਨਾਂ ਨੇ ਬੋਲਿਆ ਉਹਦੇ ਨਾਲ ਕੈਨੇਡਾ ਦੇ ਵਿੱਚ ਜਿਹੜੇ ਕੁਝ ਬਿਜ਼ਨਸਮੈਨ ਨੇ ਉਹਨਾਂ ਦਾ ਵੀ ਨਾਂ ਬੋਲਿਆ ਪਰ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਪੋਸਟ ਕਿਤੋਂ ਵੀ ਪਾਈ ਜਾ ਸਕਦੀ ਹੈ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਕੰਨੀਓਂ ਮੂਹਰੇ ਆ ਕੇ ਆਪਣਾ ਕੋਈ ਇਹਦੇ 'ਚ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਸਿਰਫ ਇੱਕ ਪੋਸਟ ਸਾਂਝੀ ਕੀਤੀ ਗਈ ਆ ਉਸ ਆਧਾਰ 'ਤੇ ਆਪਾਂ ਕਿਸੇ 'ਤੇ ਬਲੇਮ ਨਹੀਂ ਆਪਾਂ ਕਰ ਸਕਦੇ ਪਰ ਉਹਨਾਂ ਦੇ ਵਿੱਚ ਇੱਕ ਨਾਮ ਲਿਆ ਜਾ ਰਿਹਾ ਐਂਡੀ ਧੁੱਗੇ ਹੁਣਾਂ ਦਾ ਸਾਡੇ ਨਾਲ ਬਾਈ ਜੀ ਸਾਡੇ ਨਾਲ ਨੇ ਸੇ ਉਹਨਾਂ ਨੂੰ ਵੀ ਪੁੱਛਦੇ ਹਾਂ ਜੀ ਵੀ ਕੀ ਇਹ ਗੱਲ ਆ ਜਾਂ ਕੀ ਇਹਦੇ ਵਿੱਚ ਸੱਚਾਈ ਕੀ ਹੈ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਡੇਲੀ ਪੰਜਾਬੀ ਪੋਸਟ ਦੇਖਦੇ ਦਰਸ਼ਕਾਂ ਨੂੰ ਐਂਦੀ ਧੁੱਗੇ ਲੋਕ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਇਹ ਗੱਲ ਆ ਜਿਹੜੀ ਦੇਖੋ ਸਿਲਸਿਲਾ ਚੱਲਦਾ ਇੱਕ ਨੌਜਵਾਨ ਦਾ ਦਿਨ ਦਿਹਾੜੇ ਕਤਲ ਹੋ ਜਾਂਦਾ ਜੀ ਔਰ ਕਿਤੇ ਨਾ ਕਿਤੇ ਇਹ ਬਲੇਮ ਗੇਮ ਖੇਡੀ ਜਾ ਰਹੀ ਆ ਇਹਦੇ ਵਿੱਚ ਸਿਆਸੀ ਲਾਹਾ ਵੀ ਲਿਆ ਜਾ ਰਿਹਾ ਵਾ ਪਰ ਕਿਤੇ ਨਾ ਕਿਤੇ ਉਹਦੀਆਂ ਕੁਝ ਤਾਰਾਂ ਚਾਹੇ ਆਪਾਂ ਜਿਵੇਂ ਗੋਲਡੀ ਬਰਾੜ ਦਾ ਨਾਮ ਆ ਉਹਨੂੰ ਕੈਨੇਡਾ ਦੇ ਨਾਲ ਕਦੇ ਜੋੜ ਦਿੱਤਾ ਜਾਂਦਾ ਕਦੇ ਉਹਨੂੰ ਕਹਿੰਦੇ ਦੁਬਈ 'ਚ ਬੈਠਾ ਜੀ ਕਦੇ ਕਿਤੇ ਮਤਲਬ ਇਹਦੇ 'ਚ ਕੋਈ ਕਲੀਅਰ ਨਹੀਂ ਕਿਸੇ ਦਾ ਹੋ ਰਿਹਾ ਪਰ ਕਿਹਦਾ ਨਾਂ ਕਿਹਦਾ ਨਹੀਂ ਚਲੋ ਇਨਵੈਸਟੀਗੇਸ਼ਨ ਦਾ ਇੱਕ ਮੁੱਦਾ ਉਹ ਇੱਕ ਅਲੱਗ ਮੈਟਰ ਆ ਪਰ ਅੱਜ ਇੱਕ ਜਿਹੜੀ ਪੋਸਟ ਬੰਬੀਹਾ ਗਰੁੱਪ ਕੰਨੀਓਂ
ਪਹੁੰਚ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਜਿਹੜੇ ਨਾਮ ਸਪੈਸ਼ਲੀ ਤੌਰ ਤੇ ਲਏ ਗਏ ਜਿਹਦੇ ਵਿੱਚ ਮਨਕੀਰ ਤੌਲਖ ਨੇ ਪਰ ਉਹਨਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਆ ਹਾਲਾਂਕਿ ਪਰ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਉਹਦੇ ਵਿੱਚ ਨਾਮ ਲਿਆ ਗਿਆ ਲਿਖਤ ਦੇ ਵਿੱਚ ਤੇ ਤੁਹਾਡਾ ਵੀ ਨਾਮ ਉਹਦੇ 'ਚ ਮੈਂਸ਼ਨ ਹੋਇਆ ਉਹਦੇ ਬਾਰੇ ਤੁਸੀਂ ਦੱਸੋ ਪਹਿਲਾਂ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਦੱਸਣਾ ਚਾਹੁੰਦੇ ਵੀ ਸਾਨੂੰ ਇੱਥੇ 30-35 ਸਾਲ ਹੋ ਗਿਆ ਕੈਨੇਡਾ ਦੇ ਵਿੱਚ ਰਹਿੰਦੇ ਹਨ ਅਸੀਂ ਬਿਜ਼ਨਸ ਕਰਦੇ ਹਾਂ ਬਿਜ਼ਨਸ ਕਮਿਊਨਿਟੀ ਦੀ ਹੈਲਪ ਵੀ ਕਰਦੇ ਹਾਂ ਕਮਿਊਨਿਟੀ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਅਸੀਂ ਟੂਰਨਾਮੈਂਟਾਂ ਦੇ ਨਾਲ ਨਾਲ ਕਬੱਡੀ ਵੀ ਕਬੱਡੀ ਦੇ ਨਾਲ ਨਾਲ ਅਸੀਂ ਹੋਰ ਜਿੱਦਾਂ ਤੀਆਂ ਦੇ ਸ਼ੋਅ ਹੁੰਦੇ ਹੋਰ ਵੀ ਸ਼ੋਅ ਕਰਾਉਂਦੇ ਹਾਂ ਸੋ ਉਹਦੇ ਜ਼ਰੀਏ ਸਾਡੇ ਜਿੰਨੇ ਵੀ ਕਲਾਕਾਰ ਭਰਾ ਆ ਸਾਰਿਆਂ ਦੇ ਸਾਡੇ ਕਾਫੀ ਪਿਆਰ ਆ ਹਾਂਜੀ ਅਤੇ ਜਿਹੜੀ ਪੋਸਟ ਪਾਈ ਆ ਜਿਸ ਦੇ ਵਿੱਚ ਸਾਡਾ ਨਾਂ ਲਿਆ ਗਿਆ ਵੀ ਐਂਦੀ ਧੁੱਗੇ ਦੇ ਕੋਲ ਉਹਨਾਂ ਦਾ ਉਹ ਰਹਿੰਦੇ ਆ ਅਸੀਂ ਗੋਲਡ ਉਸ ਸ਼ਖਸ ਨੂੰ ਤਾਂ ਪਹਿਲਾਂ ਤਾਂ ਨਾਂ ਤਾਂ ਗੋਲਡੀ ਬਰਾੜ ਅਸੀਂ ਜਾਣਦੇ ਹੀ ਨਹੀਂ ਹੈਗੇ ਜੀ ਰਹਿਣ ਦੀ ਤਾਂ ਬਹੁਤ ਗੱਲ ਆ ਇਹ ਨਾ ਸਾਨੂੰ ਪਤਾ ਉਹ ਕੌਣ ਹੈ ਨਾ ਕਦੇ ਡਾਇਰੈਕਟਲੀ ਇਨਡਾਇਰੈਕਟਲੀ ਕਦੇ ਮਿਲੇ ਹੋਈਏ ਤਾਂ ਸਾਡਾ ਕੋਈ ਵੀ ਉਸਦੇ ਨਾਲ ਲੈਣ ਦੇਣ ਨਹੀਂ ਹੈਗਾ ਪਰ ਜੇ ਆਪਾਂ ਗੱਲ ਕੀਤੀ ਜਾਵੇ ਉਹਦੇ ਵਿੱਚ ਜਿਵੇਂ ਜੀ ਪੋਸਟ ਦੇ ਵਿੱਚ ਕਿਹਾ ਗਿਆ ਵੀ ਜਿਹੜਾ ਵੀ ਮਨਕੀਰ ਤੌਲਖ ਨੂੰ ਕਿਤੇ ਨਾ ਕਿਤੇ ਲਾਰੈਂਸ ਵਿਸ਼ਨੋਈ ਦੇ ਨਾਲ ਜਿਹੜਾ ਚਲੋ ਪੁਰਾਣੇ ਕਾਲਜ ਟਾਈਮ ਦੇ ਫਰੈਂਡ ਆ ਜੀ ਉਹਦੇ ਬਾਅਦ 'ਚੋਂ ਕੌਣ ਕਿੱਥੇ ਜਾਂਦਾ ਆਪਣੇ 20 ਫਰੈਂਡ ਹੁੰਦੇ ਨੇ ਰੋਜ਼ ਆਪਾਂ ਜਾਣ ਨਹੀਂ ਸਕਦੇ ਵੀ ਕੌਣ ਕਿੱਥੇ ਦਾ ਵਾ ਕੌਣ ਕੀ ਕਰਦਾ ਵਾ ਆਪਾਂ ਇੱਕ ਨੋਰਮਲ ਆਪਣੇ ਜਿਵੇਂ ਨੋਰਮਲ ਫਰੈਂਡ ਨੇ ਚਲੋ ਵੱਧ ਹੋ ਸਕਦਾ ਚਾਹੇ ਜਿਹੜੇ ਮਿੱਡੂ ਖੇੜਾ ਉਹਦੇ ਕਤਲ ਦੇ ਬਾਅਦ 'ਚੋਂ ਚਲੋ ਇਹਨਾਂ ਨੇ ਇੱਕ ਕੈਂਡਲ ਮਾਰਚ ਵੀ ਕੀਤਾ ਚਲੋ ਉਹਨਾਂ ਦੇ ਦੋਸਤ ਸੀਗੇ ਜੀ ਪਰ ਉਹਦੇ ਬਾਅਦ 'ਚੋਂ ਅੱਜ ਜਿਹੜੀ ਇਹ ਗੱਲ ਕਹੀ ਗਈ ਆ ਵੀ ਜਿਹੜੇ ਆਪਣੇ ਮਨਕੀਰ ਤੌਲਖ ਨੇ ਉਹ ਜਿਹੜਾ ਇਹਨਾਂ ਦਾ ਲਾਰੈਂਸ ਬਿਸ਼ਨੋਈ ਗਰੁੱਪ ਦਾ ਜਿਹੜਾ ਪੈਸਾ ਵਾ ਉਹ ਆਖੇ ਜੀ ਕੈਨੇਡਾ ਲੈ ਕੇ ਆਉਂਦੇ ਨੇ ਅਤੇ ਉਹਨੂੰ ਜੀ ਐਂਡੀ ਹੁਣੇ ਜੀ ਕਹਿੰਦੇ ਇੱਕ ਨੰਬਰ ਦਾ ਕਰਕੇ ਭੇਜ ਦਿੰਦੇ ਆ ਜੀ ਇਹ ਦੱਸੋ ਇਹ ਕਿੱਥੇ ਤੱਕ ਜੀ ਦੇਖੋ ਜੀ ਮਨਕੀਰ ਤੌਲਖ ਸਾਡੇ ਬੱਚੇ ਵਾਂਗੂ ਆ ਅਸੀਂ ਸਾਨੂੰ ਪਤਾ ਵੀ ਉਹਦੇ ਕੋਲ ਇੱਥੇ ਕੀ ਹੈਗਾ ਉਹ ਕੋਈ ਛੁਪਿਆ ਨਹੀਂ ਹੈਗਾ ਉਹ ਜਿਹੜੀ ਗੱਲ ਹੈਗੀ ਆ ਮਨਕੀਰ ਤੌਲਖ ਨੂੰ ਅਸੀਂ ਉਦੋਂ ਤੋਂ ਜਾਣਦੇ ਹਾਂ ਜਦੋਂ ਉਹ ਬਹੁਤ ਛੋਟਾ ਜਿਹਾ ਆਪਣੇ ਕਬੱਡੀ ਖੇਡਦਾ ਸੀ ਬੱਚਿਆਂ ਤੋਂ ਉਹ ਬੱਚਿਆਂ ਵਰਗਾ ਸਾਡੇ ਅਤੇ ਉਹ ਸਾਡੇ ਰਿਲੇਸ਼ਨ ਹੈਗੇ ਆ ਸੋ ਕਿਸੇ ਦਾ ਨਾਂ ਉਹਦੇ ਗਾਹਾਂ ਕਿਸੇ ਦੇ ਨਾਲ ਕਾਲਜ ਵੇਲੇ ਤੋਂ ਤਾਂ ਅਸੀਂ ਜਾਣਦੇ ਨਹੀਂ ਹੈਗੇ ਫਰੈਂਡਾਂ ਦੇ ਨਾਲ ਹੋਣਗੇ ਪਰ ਕੋਈ ਵੀ ਇਹ ਜਿਹੜੀਆਂ ਉਹਨਾਂ ਨੂੰ ਕਲੀਨ ਚੈਟ ਮਿਲ ਗਈ ਆ ਕੋਈ ਵੀ ਜਿਹੜੀਆਂ ਇੱਦਾਂ ਦੀਆਂ ਗਲਤ ਅਫਵਾਹਾਂ ਆ ਪਹਿਲਾਂ ਜਦੋਂ ਆਪਾਂ ਕਿਸੇ ਹੋਰ ਮਾਂ ਦਾ ਪੁੱਤ ਦਾ ਕਤਲ ਹੋ ਜਾਊਗਾ ਉਹਦੇ ਉਹ ਤੋਂ ਆਪਾਂ ਨੂੰ ਪਹਿਲਾਂ ਸਾਰਿਆਂ ਨੂੰ ਸਿੱਖਣਾ ਚਾਹੀਦਾ ਵੀ ਆਪਾਂ ਜਿਹੜੀ ਇਸ ਲੜਾਈ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ ਜੀ ਰਾਈਟ ਸੋ ਆਪਾਂ ਨੂੰ ਇਹ ਹੈਗਾ ਵੀ ਸਾਡੇ ਵੱਲੋਂ ਤਾਂ ਇਹ ਆ ਵੀ ਇਹ ਜਿਹੜੀ ਆ ਅਫਵਾਹਾਂ ਆ ਇਹ ਗਲਤ ਅਫਵਾਹਾਂ ਆ ਇਹ ਬੰਦ ਹੋਣੀਆਂ ਚਾਹੀਦੀਆਂ ਜਿੰਨਾ ਚਿਰ ਇਹ ਪਰੂਫ ਦੇ ਆਧਾਰ ਦੇ ਉੱਤੇ ਗੱਲ ਹੋਣੀ ਚਾਹੀਦੀ ਆ ਪਰ ਜਿਵੇਂ ਤੁਹਾਡੀ ਗੱਲ ਦੇ ਵਿੱਚੋਂ ਗੱਲ ਨਿਕਲੀ ਜਿਵੇਂ ਥੋੜ੍ਹਾ ਚਿਰ ਪਹਿਲਾਂ ਜਦੋਂ ਇਹ ਘਟਨਾ ਹੁੰਦੀ ਹੈ ਜੀ ਉਹਦੇ ਬਾਅਦ 'ਚੋਂ ਜਦੋਂ ਕੁਝ ਕਲਾਕਾਰਾਂ ਦਾ ਨਾਂ ਜਿਹਦੇ ਵਿੱਚ ਆਪਾਂ ਲਿਆ ਜਾਂਦਾ ਜਿਹਦੇ ਵਿੱਚੋਂ ਮਨਕੀਰ ਤੌਲਖ ਦਾ ਵੀ ਨਾਂ ਲਿਆ ਜਾਂਦਾ ਬਾਅਦ 'ਚੋਂ ਉਹਨਾਂ ਨੇ ਇੱਕ ਆਪਣੀ ਸਨੈਪਚੈਟ 'ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਸੀ ਵੀ ਦੇਖੋ ਮਾਵਾਂ ਦੇ ਪੁੱਤ ਤੁਸੀਂ ਮਰਵਾ ਰਹੇ ਹੋ ਮੇਰਾ ਵੀ ਨਾਂ ਲਈ ਜਾਂਦੇ ਹੋ ਕੱਲ੍ਹ ਨੂੰ ਜੇ ਤੁਸੀਂ ਮੈਨੂੰ ਮਾਰ ਕੇ ਖੁਸ਼ ਹੋ ਤਾਂ ਮੈਨੂੰ ਵੀ ਮਾਰ ਲਓ ਪਰ ਕਮ ਸੇ ਕਮ ਬਲੇਮ ਗੇਮ ਨਾ ਕਰੋ ਨਜਾਇਜ਼ ਅਤੇ ਅੱਜ ਕਿਤੇ ਨਾ ਕਿਤੇ ਉਹਦੇ ਵਿੱਚ ਤੁਹਾਡਾ ਨਾਂ ਵੀ ਲੈ ਕੇ ਇਹ ਘੜੀਸਿਆ ਜਾ ਰਿਹਾ ਵੀ ਕਿਤੇ ਨਾ ਕਿਤੇ ਕੋਈ ਕੀ ਇਹ ਰੰਜਿਸ਼ ਹੈ ਜੀ ਕਿ ਕੋਈ ਸਾਜਿਸ਼ ਦਾ ਤੁਹਾਨੂੰ ਲੱਗ ਰਿਹਾ ਵੀ ਕਿਸ ਤਰ੍ਹਾਂ ਇੱਕ ਵਿਉਂਤਬੰਦੀ ਦੀ ਤਰ੍ਹਾਂ ਇਹ ਚੀਜ਼ ਪੇਸ਼ ਕੀਤੀ ਜਾਂਦੀ ਦੇਖੋ ਜੀ ਅਸੀਂ ਸਾਜਿਸ਼ ਤਾਂ ਕਹੀਏ ਵੀ ਜੇ ਅਸੀਂ ਕਿਸੇ ਨੂੰ ਜਾਣਦੇ ਹੋਈਏ ਪਰਸਨਲੀ ਮੈਂ ਕਿਸੇ ਵੀ ਗਰੁੱਪ ਨੂੰ ਜਾਣਦਾ ਨਹੀਂ ਹੈਗਾ ਨਾ ਸਾਡਾ ਕੋਈ ਸੰਬੰਧ ਆ ਕਿਸੇ ਦੇ ਨਾਲ ਸੋ ਰੰਜਿਸ਼ ਤਾਂ ਅਸੀਂ ਤਾਂ ਕਹੀਏ ਵੀ ਜੇ ਕਿਸੇ ਹੋਵੇ ਪਰ ਹਾਂ ਪਿੱਛੋਂ ਕਿਸੇ ਵੀ ਕੋਈ ਸਾਡਾ ਇੱਥੇ ਟੋਰਾਂਟੋ ਤੋਂ ਜਾਂ ਕੋਈ ਬਿਜ਼ਨਸ ਪਾਰਟਨਰ ਜਾਂ ਕੋਈ ਕਿਸੇ ਪਾਸੇ ਕੋਈ ਲੱਗਦਾ ਹੋਵੇ ਆਪਣੀ ਉਹ ਖਾਰ ਕੱਢਦਾ ਹੋਵੇ ਉਸ ਬਾਰੇ ਅਸੀਂ ਕਹਿ ਨਹੀਂ ਸਕਦੇ ਪਰ ਸਾਡਾ ਗਰੁੱਪਾਂ ਦੇ ਵਿੱਚ ਤਾਂ ਕੋਈ ਲੈਣ ਦੇਣ ਹੈ ਨਹੀਂ ਇਹਨਾਂ ਦੇ ਨਾਲ ਅਤੇ ਨਾ ਸਾਡਾ ਕਿ ਕੋਈ ਇੱਦਾਂ ਵੀ ਕੋਈ ਇੰਡੀਆ ਦੇ ਵਿੱਚ ਸਾਡਾ ਕੋਈ ਬਿਜ਼ਨਸ ਆ ਜਾਂ ਕੰਮ ਕਰ ਰਿਹਾ ਅਸੀਂ ਤਾਂ ਇੰਡੀਆ ਦੇ ਵਿੱਚ ਸਾਲ 'ਚ ਟੂਰਨਾਮੈਂਟ ਕਰਾਉਣ ਜਾਈਦਾ ਟੂਰਨਾਮੈਂਟ ਕਰਾ ਕੇ ਵਾਪਸ ਆ ਜਾਈਦਾ ਸੀ ਇੱਧਰੋਂ ਹੀ ਜਾ ਕੇ ਪੈਸੇ ਲਿਜਾ ਕੇ ਆਪਣੇ ਯਾਰਾਂ ਦੋਸਤਾਂ ਨਾਲ ਇਕੱਠੇ ਹੋ ਕੇ ਆਪਣਾ ਟੂਰਨਾਮੈਂਟ ਕਰਾ ਕੇ ਅਸੀਂ ਵਾਪਸ ਆਉਂਦੇ ਰਹੇ ਹਾਂ ਸੋ ਸਾਡਾ ਉੱਥੇ ਕੋਈ ਕੰਮਕਾਰ ਵੀ ਹੈ ਨਹੀਂ ਵੀ ਸਾਡੀ ਕੋਈ ਕਿਸੇ ਨਾਲ ਰੰਜਿਸ਼ ਹੋਵੇ ਸੋ ਪਤਾ ਨਹੀਂ ਕਾਤੇ ਕੱਢੀਆਂ ਜਾਂਦੀਆਂ ਇਹ ਰੰਜਿਸ਼ਾਂ ਕਿਉਂਕਿ ਜੇ ਆਪਾਂ ਦੇਖਿਆ ਜਾਵੇ ਜਿਵੇਂ ਪਿੱਛੇ ਜੇ ਆਪਣੇ ਘਰੇ ਇੱਕ ਆਪਣੇ ਕੋਈ ਫੰਕਸ਼ਨ ਸੀਗਾ ਉਦੋਂ ਵੀ ਤੁਹਾਡਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦਕਿ ਤੁਹਾਡੀ ਉਹ ਪਰਸਨਲ ਪ੍ਰੋਪਰਟੀ ਦੇ ਵਿੱਚ ਸੀਗਾ ਜੀ ਇੱਕ ਮਹਾਂਪੁਰਸ਼ ਆਏ ਸੀ ਜਿਵੇਂ ਆਪਾਂ ਕਹਿ ਦਈਏ ਵੀ ਆਪਣੇ ਢੰਡੀਆਂ ਵਾਲੇ ਸੰਤ ਆਏ ਸੀਗੇ ਜੀ ਉਹਨਾਂ ਕੰਨੀਓ ਆਪਣਾ ਇੱਕ ਜੀ ਸ਼ਬਦ ਕੀਰਤਨ ਉਹਨਾਂ ਦੇ ਕੰਨੀ ਇੱਕ ਜਿਹਨੂੰ ਕਹਿ ਦਈਏ ਵੀ ਪ੍ਰਵਚਨ ਦਿੱਤੇ ਜਾ ਰਹੇ ਸੀ ਉੱਥੇ ਵੀ ਕੁਛ ਖਰਾਬ ਕਰਨ ਦੀ ਕਿਤੇ ਨਾ ਕਿਤੇ ਮਤਲਬ ਖੋਰਾ ਜਿਹੜਾ ਇਹ ਜਾਣਬੁੱਝ ਕੇ ਲਾਇਆ ਜਾਂਦਾ ਜੀ ਕਿ ਤੁਹਾਡੇ ਹਿਸਾਬ ਨਾਲ ਕੀ ਤੁਸੀਂ ਮੰਨਦੇ ਹੋ ਦੇਖੋ ਜੀ ਉਸ ਵੀਡੀਓ ਬਾਰੇ ਮੈਂ ਕੋਈ ਪਹਿਲਾਂ ਬਿਆਨ ਦਿੱਤਾ ਨਹੀਂ ਹੈਗਾ ਪਰ ਮੈਂ ਉਹ ਕਲੀਅਰ ਕਰਨੀ ਚਾਹੁੰਦਾ ਵੀ ਉਸ ਦੇ ਵਿੱਚ ਜਿਹੜੀ ਵਰਡਿੰਗ ਸਾਡੇ ਕਿਸੇ ਸਿੱਖ ਭਾਈਚਾਰੇ ਨੇ ਉਹਦੇ ਵਿੱਚ ਰੱਖੀ ਸੀਗੀ ਵੀ ਇਹ ਗੁੰਡੇ ਆ ਮੈਂ ਉਦੋਂ ਉਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਸਾਡੇ ਘਰੇ ਪ੍ਰੋਗਰਾਮ ਸੀਗਾ ਮੇਰੇ ਬ੍ਰਦਰ ਦੇ ਘਰੇ ਪ੍ਰੋਗਰਾਮ ਸੀ
मैं उत्थे सीगा उस वेले उस सिंह साहब चाह चक के दुबारा चले गए तो बाद च मूँह बन के कृपाना लैके डंडे लैके वह बार कर आए आ घर साढ़े तो उन्होंने गालां कढ़िया गंदियां तो फिर उन्होंने दसो भी वह गुंडे वह आए क असी गुंडे बने सो वो बेचारा आप उसो भी मैं सिख कम्यूनिटी के अपने सिख जथेबंदियों यह कहा मैं कहा भी आप प्यार ना रहो लड़ो ना राइट लड़ना नहीं चाहिए आप सिख भाईचारा उदा सिख तो बहुत थोड़े आ है जी तो जे आपस में आप लड़ी जावे सो वो साढ़े इतने टोरंटो जथेबंदियां जिन्या भी अपने सिंगा दी असी भी गुरु गोबिंद सिंह नूं मानते हैं गुरु ग्रंथ साहब नूं मानते हैं होर किसी बाहर जगह पर मत्था नहीं टेकते सो साढ़े मेरे हिसाब ना वो गलत किसी सिंगा ने जिस भी बंदे ने वह वीडियो पा के गलत मलत बोलिया वह गलत सीगा इदा दी चीज़ा नहीं होनी चाहिए अपन अपनी कौम तो चढ़ती कला रखनी चाहिए आ जे आप कम्यूनिटी पंजाबी कम्यूनिटी नहीं इकट्ठे होकर कर सकते आप होर बहुत काम आ जिहड़ियां होर बहुत कम्यूनिटियां आ जिहड़ियां आपां नूं खार खांदियां उन्हां नाल लड़न की लोड़ है ना कि आ भी अपने आप सारे जने अपने मुंडे भरा तुसीं आपस में लड़ी जाने लड़ाई बंद होनी चाहिए आ यह आपां नूं प्यार ना रहना चाहिए क्योंकि जिवें आपां पिछे जे जदों संदीप अंबर नंगियां दा जिहड़ा कतल होया जी उहदे बाद चों आपां इत्थे महाराज का पाठ रखाया जी उन्होंने जी शरदा दे विच ते ओ भी क्योंकि उदों भी कई बारी ना जुड़े जी ये जी एक लीग चल रही सी इहदे विच भी पैसा अंडरवर्ल्ड दा जांदा जी किते ना किते जांदा पर तुसीं एज ए एक कम्यूनिटी दे विच चंगा विचरदे हो उहदे विच जिवें तुसीं मैच करवाउंदे हो अगे पिछे भी कबड्डी लीग करवाउंदे हो जां इत्थे कप करवाउंदे हो उत्थे कप करवाउंदे हो तुसीं तां इक किवें ना किवें उत्साह भरदे हो एक नौजवानां दे विच भी चलो किते ना किते एक जे नौजवानी नूं आपां इधरों नशे कन्नियों हटा के जे इधर नूं ला सकीए खेड कन्नियों पर इहदा किते ना किते एक दुरउपयोग भी करके मतलब प्रोपोगंडा करके एक इस तरह दी जिहड़ियां पोस्टां जां इस तरह दी वीडियो क्रिएट कर लईआं जांदियां उहदे बारे तुसीं उहो जे लोकां नूं की कहना चाहुंदे हो मैं दसना चाहुंदा वी जिहड़ी कबड्डी आ ना खास करके नॉर्थ अमेरिका दी कबड्डी कनेडा दी अमेरिका च होया ते इंग्लैंड भी होया यूरोप दे विच जिथे कबड्डी जिन्नी भी कबड्डी हैगी आ इह च 100% जिहड़ा पैसा हैगा उह लोकां तों डालर मंग के फिर लाया जांदा इस दे विच कोई आमदन नहीं हैगी जे कहा जावे ये कोई आमदन आ जां कोई ब्लैक दी मनी आ कोई ये वो सारा सर गलत आ असी साडियां क्लबां भी होर क्लबां भी डोर टू डोर जाके हज़ार दो हज़ार पाँच हज़ार डालर मंग के फिर प्लेयरां नूं दे के टीमां बनाउंदियां ते उह कबड्डी करवाउंदियां समर दी इह मनोरंजन आ गोरियां दे इहो जिहे टूरनामेंट बहुत हुंदे आ जिहड़े गोरियां दे भी गोरे भी होर कम्यूनिटियां भी करवाउंदियां क्रिकेट वी हुंदी आ इत्थे होर काफ़ी गेमां हुंदियां सो अपने इत्थे कबड्डी करवाउंदे जिहड़ी इंडिया जाके टूरनामेंट करवाउंदे आ इंडिया दे विच भी इत्थों पैसा जाके उत्थे लगदा उह भी असीं अपने यारां दोस्तां नूं इकट्ठा करके लिजा के जां कुछ को अपने दसवंध चों जा के लाउंदे आ उच्चों कोई रिटा कोई फायदा नहीं है भी सानूं वो कुछ मिलता असी तो अपने पंजाब ना प्यार करन दी बजाए अपनी माँ खेड कबड्डी ना प्यार करन दा एक आपां समझ लो चलाउंदे आ जां साडा एंटरटेनमेंट दा साधन बनिया अज समर नूं असी दो तीन चार हफ्ते जिहड़े टूरनामेंट हुंदे आ सारे भरा इकट्ठे हो जांदे आ सो ये ब्लैक मनी वाइट मनी वालियां जिहड़ियां गेमां चल रही जिहड़े लोग करदे आ वो सरासर गलत आ इदा का कोई कबड्डी के इतने नॉर्थ अमेरिका के बच्चे है नहीं इंडिया बारे असी टूरनामेंट करा के मुड़े आईदा सानू बारे बहुता आप कह नहीं सकते पर इत्थे जिहड़ा हैगा वो कोई भी इदा का कम नहीं हैगा जिहड़ा भी कबड्डी के करके हरेक डालर टू डालर तक कट्ठा कट्ठा करके होकर लगता किसी पास्यों आमदन है नहीं भी कोई टीम के पैसे किसी दे देने पर क्योंकि जिवें आप जी गल करते जिवें तुसीं दस्सिया भी इहदा मतलब फिर साढ़े साडियां लत्तां खिंचदे आ जी किते ना किते जे कोई कम्यूनिटी का मैंबर कोई चंगा एक कम करना चाहुंदा किते ना किते जे उन्हां नूं कोई इह जी गेम जां किसी जरिए भी चाहे वह आप किसी प्रोग्राम के जरिए चाहे घर आप कोई चार बंदे इकट्ठे करने हुण किसी अपने संत महापुरश नूं सद के तो जाने की सानूं तो फिर ये ये कहने का मतलब कह रहे हो भी सानू किसी भी तरीके नाल लोग छड़दे नहीं चाहे असी चंगा काम कर लीए चाहे असी कोई गेम का काम कर लीए चाहे कोई धार्मिक काम कर लीए अज का जिवें थोड़ा नाम जोड़िया जा रहा तो ये जिवें तुसी कह रहे हो भी कोई लॉजिक नहीं है ये तो पर एंड दे विच तुसी हुण की कहना चाहोगे जिहड़ा तुहाडे कन्नी एक मैसेज आ और जे तुसी आपां गल मनकीरत दी भी कीती जावे जे उहनां कन्नियों भी तुसी कुछ कह सकदे हो मैं तां इही गल जिन्ने भी तुहाडे लिसनर आ उह सारयां नूं इह दसदा भी जिहड़ियां गलत अफवाहां आ वो प्लीज़ नाड़ आओ साढ़े पेजा ते आण के भी गलत चीज़ां लिखिया जांदियां साढ़े
जिन्हें भी सोशल मीडिया के पेज आ उन्हें आण के गलत चीज़ा लगियां जे तुहानू हैगा सानू मिल के देखो असी तां साफ दिल दे बंदे आ अपनी कम्यूनिटी की हैल्प करने वाले आ इत्थे ते पहुंचे आ मेहनत करके हाँ जी तो मेहनत करो तो इत्थे ते पहुंचो प्लीज़ सारे नूं रिक्वेस्ट है किसी होर किसी का पुत वह कि इसे लड़ाई दे बैच गलत अफवाहों के बच्चे कोई मौत की घाट चढ़ जाओ कोई काम नहीं होना चाहिए था। सो साडा वंस अगेन है किसी भी संस्था किसी भी गैंग लैंड गैंग बार दे नाल जां कोई हैगी आ साडा संबंध कोई नहीं हैगा ते ना साडे कोल कोई इत्थे साडे घर रह रहा हैगा ते ना असी किसी बार रख रहे हैं किसी नूं। सो ये सरासर गलत न्यूज़ आ इना फेक न्यूज़ दे उत्ते प्लीज़ तुसीं यकीन ना करो। धन्यवाद जी। थैंक यू। सो ये सन एंडी धुग्गा जी जिन्हां ने जिहड़ी ये पोस्ट जिहड़ी पई आ उहदे विच अपना जिहड़ा स्पष्टीकरण दिता और उन्होंने इत्थे ये भी कहा भी किवें ना कि जे कोई कम्यूनिटी का कोई पदवंत सज्जण जे कोई मूहरे लग के कोई अपने कोई चंगे कार्ज लई कोई चंगा चाहे वह खेड का होवे चाहे वह धार्मिक का होवे चाहे किसी भी तरह की कोई भी इस तरह की कोई भी संस्था के नाल रल के जे कोई चंगा कार्ज करवाउंदा तां उहनू कर देना चाहे कर लैणा देना चाहिए ना कि उहनू रोकना चाहिए इस तरह दीआं अफवाहां फैला के तां कि उह बदनाम होकर कल अपने घर बैठे और अगे तो किसी की बाह ना फड़े। सो कैमरामैन आशीष के नाल भुपिंदर गरेवाल डेली पोस्ट पंजाबी कैनेडा।